ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮ ਪੀ ਚੁਣੇ ਗਏ ਸਨੀ ਦਿਓਲ ਵੱਲੋਂ ਗੁਰਪ੍ਰੀਤ ਸਿੰਘ ਭਲੇਰੀ ਨੂੰ ਹਲਕਾ ਇੰਚਾਰਜ ਲਗਾਉਣ 'ਤੇ ਇਲਾਕਾ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਲੋਕਾਂ ਨੇ ਕਿਹਾ ਕਿ ਸਨੀ ਦਿਓਲ ਨੇ ਅਜਿਹਾ ਕਰਕੇ ਉਹਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਹਲਕਾ ਗੁਰਦਾਸਪੁਰ ਤੋਂ ਭਾਜਪਾ ਦਾ ਮੈਂਬਰ ਪਾਰਲੀਮੈਂਟ ਅਤੇ ਅਭਿਨੇਤਾ ਸਨੀ ਦਿਓਲ ਵੱਲੋਂ ਹਲਕੇ ਵਿੱਚ ਆਉਣ ਦੀ ਬਜਾਏ ਆਪਣੀ ਥਾਂ 'ਤੇ ਆਪਣਾ ਨੁਮਾਇੰਦਾ ਗੁਰਪ੍ਰੀਤ ਸਿੰਘ ਭਲੇਰੀ ਦੀ ਨਿਯੁਕਤੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ। ਇਲਾਕੇ ਦੇ ਸ਼ਹਿਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਭਾਜਪਾ ਉਮੀਦਵਾਰ ਸਨੀ ਦਿਓਲ ਨੂੰ ਵੋਟਾਂ ਪਾ ਕੇ ਜਿਤਾਇਆ ਸੀ, ਨਾ ਕਿ ਕਿਸੇ ਹੋਰ ਨੁਮਾਇੰਦੇ ਨੂੰ। ਉਹਨਾਂ ਕਿਹਾ ਕਿ ਹਲਕਾ ਵਾਸੀਆਂ ਨੂੰ ਸਨੀ ਦਿਓਲ 'ਤੇ ਬਹੁਤ ਉਮੀਦਾਂ ਸਨ, ਪਰ ਹੁਣ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਚੁੱਕਿਆ ਹੈ। ਕਿ ਜਦੋਂ ਸਨੀ ਦਿਓਲ ਜੀ ਇੱਥੇ ਆਏ ਸੀ, ਉਹਨਾਂ ਨੇ ਸਾਡਾ ਵਾਅਦਾ ਕੀਤਾ ਕਿ ਜਿਹੜੀਆਂ ਵੀ ਸਮੱਸਿਆ ਹੋ ਗਈਆਂ, ਮੈਂ ਇੱਥੇ ਕੋਠੀ ਲੈ ਲਈ ਹੈਗੀ ਆ, ਸ਼ਾਂਤ ਵਿਹਾਰ ਦੇ ਵਿੱਚ ਜਿੱਥੇ ਵੀ ਲਈ ਹੈ ਕੋਠੀ, ਉੱਥੇ ਮੈਂ ਇੱਥੇ ਰਹਾਂਗਾ। ਪਰ ਉਸ ਸਾਂਸਦ ਬਣਨ ਦੇ ਬਾਅਦ ਅੱਜ ਉਹਨੂੰ ਗੁਰਮੀਤ ਸਿੰਘ ਪਹਾੜੀ ਨੂੰ ਉਹਨਾਂ ਨੇ ਆਪਣਾ ਜਿਹੜਾ ਚਾਰ ਦਿੱਤਾ ਕਿ ਜਿਹੜੀਆਂ ਸਮੱਸਿਆ ਉਹਨਾਂ ਨੂੰ ਸੁਣਾਈ ਜਾਣ। ਮੇਰਾ ਤਾਂ ਇੱਕ ਖਿਆਲ ਹੈਗਾ ਕਿ ਸੰਨੀ ਦਿਓਲ ਜੀ ਨੂੰ ਲੋਕਲ ਲੈਵਲ ਜਿਸ ਤਰ੍ਹਾਂ ਪਠਾਨਕੋਟ ਦੇ ਵਿੱਚ ਇੱਕ ਅਲੱਗ ਬਣਾਉਣਾ ਚਾਹੀਦਾ ਆਪਣਾ ਓਐਸਟੀ, ਅਤੇ ਆਪਣਾ ਦੀਨਾਨਗਰ, ਗੁਰਦਾਸਪੁਰ, ਬਟਾਲਾ ਜਿਹੜੀਆਂ ਇਹਨਾਂ ਦੀ ਕੰਸਟੀਚੁਐਂਸੀ ਨਾਲ, ਸੁਜਾਨਪੁਰ, ਹਰ ਇੱਕ ਲੋਕਲ ਲੈਵਲ ਦਾ ਬੰਦੇ ਨੂੰ ਬਣਾਉਣਾ ਚਾਹੀਦਾ। ਬੀਜੇਪੀ ਦਾ ਕੋਈ ਕਾਰਜਕਰਤਾ ਜਾਂ ਜੋ ਵੀ ਹੈਗਾ ਅਕਾਲੀਆਂ ਦਾ ਕੋਈ ਵੀ ਹੈ, ਲੋਕਲ ਲੈਵਲ 'ਤੇ ਬਣਨਾ ਚਾਹੀਦਾ, ਕਿਉਂਕਿ ਭਲਿਹਾੜੀ ਕੋਲ ਜਾਣ, ਗੁਰਦਾਸਪੁਰ ਜਾਣਾ ਪੈਣਾ ਉੱਥੇ, ਉਹ ਜਿਹੜੀਆਂ ਭਲਿਹਾੜੀ ਕੋਲ ਜਾਣ ਵਾਸਤੇ ਲੋਕਲ ਲੈਵਲ ਦਾ ਬੰਦਾ ਹੋਏਗਾ ਤਾਂ ਅਸੀਂ ਲੋਕਲ ਲੈਵਲ ਨੂੰ ਮਿਲ ਸਕਦੇ ਹਾਂ। ਪਠਾਨਕੋਟ ਦੀਆਂ ਪਰੇਸ਼ਾਨੀਆਂ ਜਾਂ ਪਠਾਨਕੋਟ ਦੀਆਂ ਸਮੱਸਿਆ, ਚਾਹੇ ਸਾਡੇ ਆਪਣਾ ਰੇਲਵੇ ਦੀ ਸਮੱਸਿਆ ਹੈਗੀ ਆ, ਚਾਹੇ ਪੁੱਲਾਂ ਦੀ ਸਮੱਸਿਆ, ਜਿਹੜੀ ਵੀ ਸਮੱਸਿਆ ਜਿਹੜੀ ਆ, ਅਸੀਂ ਭਲਿਹਾੜੀ ਨੂੰ ਗੁਰਦਾਸਪੁਰ ਜਾ ਕੇ ਨਹੀਂ ਮਿਲਿਆ ਜਾ ਸਕਦਾ। ਸਾਨੂੰ ਤਾਂ ਇਹ ਪਹਿਲੇ ਹੀ ਪਤਾ ਸੀ ਵੀ ਸੰਨੀ ਦਿਓਲ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਜਿਹੜੇ ਆਏ ਨੇ, ਇੱਕ ਕੰਟਰੈਕਟ ਬੇਸ 'ਤੇ ਉਹਨਾਂ ਨੂੰ ਲਿਆਂਦਾ ਗਿਆ ਸੀ। ਉਹ ਜਿਹੜਾ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ, ਪਰ ਉਹਨਾਂ ਨੇ ਕਿਸੇ ਤਰੀਕੇ ਨਾਲ ਬੇਕੂ ਬਣਾ ਕੇ ਲੋਕਾਂ ਦੀਆਂ ਵੋਟਾਂ ਲਈਆਂ। ਪਰ ਅੱਜ ਉਹ ਸਾਬਤ ਹੋ ਗਿਆ, ਜਿਹੜਾ ਕੱਲ੍ਹ ਦਾ ਸੋਸ਼ਲ ਮੀਡੀਆ 'ਤੇ ਇਹ ਲੈਟਰ ਚੱਲਦਾ ਪਿਆ। ਸਭ ਤੋਂ ਵੱਡੀ ਪੋਲ ਤਾਂ ਇਹ ਖੁੱਲ੍ਹੀ ਹੈ ਬੀਜੇਪੀ ਵਾਲਿਆਂ ਦੀ ਵੀ ਜੇ ਬੀਜੇਪੀ ਵਾਲਿਆਂ ਨੂੰ ਨਾ ਇੱਥੋਂ ਕੋਈ ਕੈਂਡੀਡੇਟ ਮਿਲਦਾ, ਕੈਂਡੀਡੇਟ ਹੋਏ ਉਹ ਬੰਬੇ ਦਾ, ਹੁਣ ਅੱਜ ਜਿਹੜਾ ਇਹਨਾਂ ਨੇ ਉਸ ਤੋਂ ਬਾਅਦ ਉਹ ਆਪਣਾ ਇੱਥੇ ਨਿਯੁਕਤ ਕੀਤਾ ਆਪਣਾ, ਉਹ ਮੋਹਾਲੀ ਤੋਂ ਕੋਈ ਪਲੇਅਰ ਆ, ਗੁਰਪ੍ਰੀਤ ਸਿੰਘ ਪਲੇਅਰ ਆ, ਮੈਂ ਤਾਂ ਜਾਣਦਾ ਨਹੀਂ ਹਾਂ। ਪਰ ਮੈਨੂੰ ਇਹ ਸਨੀ ਦਿਓਲ ਜੀ ਬੀਜੇਪੀ ਵਾਲੇ ਇਹ ਦੱਸਣ ਵੀ ਡਿਸਟ੍ਰਿਕਟ ਪਠਾਨਕੋਟ ਵਿੱਚ ਜਾਂ ਗੁਰਦਾਸਪੁਰ ਵਿੱਚ ਕਿਸੇ ਵੀ ਬੀਜੇਪੀ ਵਾਲਿਆਂ 'ਚ ਜਾਂ ਅਕਾਲੀ ਦਲ 'ਚ ਇੰਨੀ ਕਾਬਲੀਅਤ ਨਹੀਂ ਵੀ ਉਹ ਡਿਸਟ੍ਰਿਕਟ ਨੂੰ ਸੰਭਾਲ ਸਕਣ ਸੰਨੀ ਦਿਓਲ ਦੇ ਬਗੈਰ। ਪਰ ਜੋ ਵੀ ਇਹ ਵਾਕਿਆ ਹੋ ਰਿਹਾ ਹੈ ਬਹੁਤ ਸ਼ਰਮਨਾਕ ਹੈ। ਪਠਾਨਕੋਟ ਤੋਂ ਗੁਰਦੇਵ ਸਿੰਘ ਜਾਹਲ ਦੀ ਰਿਪੋਰਟ।